ਅਸੀਂ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਪੰਚਾਇਤੀ ਚੋਣਾਂ ਵਿੱਚ ਜੇਤੂ ਰਹੇ ਸਰਪੰਚਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ ਰਹੇ ਹਾਂ ਅਤੇ ਅੱਜ ਸਾਡੀ ਸਪੈਸ਼ਲ ਟੀਮ ਪਹੁੰਚੀ ਹੈ ਪਿੰਡ ਮਾਲੋਵਾਲ ਜਿੱਥੇ ਕਿ ਸਰਪੰਚ ਜਸਪਾਲ ਸਿੰਘ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਗਿਆ ਅਤੇ ਆਓ ਜਾਣਦੇ ਹਾਂ ਕਿ ਸਰਪੰਚ ਬਣਨ ਤੋਂ ਬਾਅਦ ਉਹਨਾਂ ਦੇ ਵਿਕਾਸ ਨੂੰ ਲੈ ਕੇ ਕੀ ਮਨਸਵੇ ਨੇ। ਸਮਾਜ ਸੇਵਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅਤੇ ਮੈਂ ਮਨਜਿੰਦਰ ਸਿੰਘ ਕੰਗ। ਦੋਸਤੋ, ਆਪ ਸਭ ਨੂੰ ਪਤਾ ਕਿ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਨਵੀਆਂ ਪੰਚਾਇਤਾਂ ਬਿਲਕੁਲ ਬਣ ਚੁੱਕੀਆਂ ਨੇ ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਾਲੋਵਾਲ। ਇੱਥੋਂ ਦੇ ਸਰਦਾਰ ਜਸਪਾਲ ਸਿੰਘ ਜੋ ਸਰਬਸੰਮਤੀ ਨਾਲ ਸਰਪੰਚ ਪਿੰਡ ਦੇ ਚੁਣੇ ਗਏ ਨੇ ਅਤੇ ਬਿਲਕੁਲ ਸਾਡੇ ਨਾਲ ਨੇ, ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਰਪੰਚ ਸਾਹਿਬ, ਆਪ ਜੀ ਨੂੰ ਪਤਾ ਪਿੰਡਾਂ ਥਾਵਾਂ ਦੇ ਵਿੱਚ ਇੱਦਾਂ ਦੇ ਧੜੇ ਬਣੀਆਂ ਵੱਜੀਆਂ ਵੱਜ ਜਾਂਦੀਆਂ, ਸਰਬਸੰਮਤੀ ਹੋਣ ਨਹੀਂ ਦਿੰਦੇ, ਫਿਰ ਕੀ ਆ ਸਰ? ਵੇਖੋ ਜੀ, ਧੜੇਬਾਜ਼ੀਆਂ ਤਾਂ ਸਾਰੀ ਜਗ੍ਹਾ ਹੁੰਦੀ ਆ ਅਤੇ ਕੁਝ ਜਿਨ੍ਹਾਂ ਦੇ ਅੱਜ ਕੱਲ੍ਹ ਦੀ ਪੀੜ੍ਹੀ ਹੈ ਜੋ ਪੜ੍ਹੀ ਲਿਖੀ ਹੈ, ਇਹਨਾਂ ਚੀਜ਼ਾਂ ਵੱਲ ਨਹੀਂ ਜਾਣਾ ਚਾਹੀਦਾ। ਕੁਝ ਸਮਝਦਾਰ ਜੋ ਲੋਕ ਆ, ਬਹੁਤ ਪਿੰਡਾਂ 'ਚ ਸਰਬਸੰਮਤੀ ਹੋਈ ਜੀ ਅਤੇ ਇਹਨਾਂ ਧੜੇਬਾਜ਼ੀਆਂ 'ਚੋਂ ਨਿਕਲ ਕੇ ਥੋੜ੍ਹਾ ਨਵੇਂ ਖਿਆਲਾਂ 'ਚ ਜਾਣਾ ਚਾਹੀਦਾ, ਉਭਰਨਾ ਚਾਹੀਦਾ। ਬਾਕੀ ਰਾਜਨੀਤੀ ਆ, ਤੁਹਾਨੂੰ ਪਤਾ ਹੀ ਆ। ਇਸ ਸਰਬਸੰਮਤੀ ਦੇ ਨਾਲ ਪਿੰਡਾਂ ਨੂੰ, ਪਿੰਡ ਦੇ ਲੋਕਾਂ ਨੂੰ ਕੀ ਫਾਇਦਾ ਹੋਣ ਜਾ ਰਿਹਾ? ਸਰਬਸੰਮਤੀ ਨਾਲ ਵੇਖੋ ਜੀ, ਇੱਕ ਦੁਵਿਧਾ ਖਤਮ ਹੁੰਦੀ ਹੈ, ਭਾਈਚਾਰਾ ਵੱਧਦਾ ਜੀ, ਇਹਦੇ ਨਾਲ ਆਪਸ ਵਿੱਚ ਤਾਲਮੇਲ ਬਣਿਆ ਰਹਿੰਦਾ, ਬਾਕੀ ਪਿੰਡ ਦਾ ਰਲ ਮਿਲ ਕੇ ਵਿਕਾਸ ਹੁੰਦਾ, ਕਾਫੀ ਚੀਜ਼ਾਂ ਹੋਰ ਵੀ ਆ। ਚਲੋ ਸਰਪੰਚ ਸਾਹਿਬ, ਜੇ ਆਪਾਂ ਆਪ ਜੀ ਦੇ ਪਿੰਡ ਦੀ ਗੱਲ ਕਰੀਏ, ਆਪ ਜੀ ਦੇ ਪਿੰਡ ਵਿੱਚ ਕੋਈ ਲਾਇਬ੍ਰੇਰੀ, ਡਿਸਪੈਂਸਰੀ, ਕੋਈ ਪਸ਼ੂਆਂ ਦਾ ਹਸਪਤਾਲ? ਵੇਖੋ ਜੀ, ਸਾਡਾ ਪਿੰਡ ਇੱਕ ਖੂਹ 'ਚ ਡਿੱਗਿਆ ਹੋਇਆ ਪਿੰਡ ਆ, ਜਿਹਨੂੰ ਤਾਂ ਨਾ ਆਉਣ ਜਾਣ ਵਾਸਤੇ ਸਾਧਨੇ, ਕੋਈ ਇੱਥੇ ਫੈਸਿਲਿਟੀ ਨਹੀਂ ਆ, ਕੋਈ ਸਰਕਾਰੀ ਸਕੂਲ ਹੈ ਅਤੇ ਪਹਿਲੀ ਗੱਲ ਉਹਦੇ ਵਿੱਚ ਟੀਚਰ ਪੂਰੇ ਨਹੀਂ, ਔਰ ਇੱਕ ਤਾਂ ਇਹ ਹੋਣਾ ਚਾਹੀਦਾ ਕਿ ਸੈਂਟਰ ਸਕੂਲ ਮਤਲਬ ਕਿ ਬਣਨਾ ਚਾਹੀਦਾ ਇੱਥੇ। ਦਸਵੀਂ ਤੱਕ ਹੈ ਜੀ, ਮੈਟ੍ਰਿਕ ਤੱਕ ਸਕੂਲ ਠੀਕ ਠਾਕ ਚੱਲ ਰਿਹਾ, ਕੁਝ ਹੋਇਆ ਸੁਧਾਰ ਜੀ ਕੁਝ ਸਮੇਂ ਤੋਂ, 5-6 ਮਹੀਨੇ ਹੋ ਗਏ। ਪਹਿਲਾਂ ਤਾਂ ਬਿਲਕੁਲ ਹੀ ਇੱਕ ਟੀਚਰ ਸੀ, ਤਾਂ ਵਿਚਾਰਾ ਕੀ ਪੜ੍ਹਾਊ, ਬੱਚਿਆਂ ਦੀ ਪੜ੍ਹਾਈ ਇੱਦਾਂ ਹੀ ਖਰਾਬ ਹੋ ਰਹੀ ਸੀ। ਜਿਵੇਂ ਤੁਹਾਨੂੰ ਮੈਂ ਕੁਐਸਚਨ ਕੀਤਾ ਵੀ ਇਹ ਸਰਕਾਰੀ ਸਹੂਲਤਾਂ ਤੋਂ ਸਾਰਾ ਹੀ ਵਾਂਝਾ, ਲਾਇਬ੍ਰੇਰੀ, ਡਿਸਪੈਂਸਰੀ, ਪਸ਼ੂਆਂ ਦਾ ਹਸਪਤਾਲ, ਫਿਰ ਕਰੋਗੇ ਕੋਸ਼ਿਸ਼ ਇਸ ਵਾਰੀ? ਹਾਂਜੀ, ਕੋਸ਼ਿਸ਼ ਇਹ ਹੋਈ ਆ ਜੀ, ਵੇਖੋ ਕਈ ਸਾਲ ਹੋ ਗਏ ਪੰਚਾਇਤਾਂ ਗਲੀਆਂ ਨਾਲੀਆਂ ਦੇ ਵਿੱਚ ਫਸੀ ਹੋਈ ਆ, ਅਸੀਂ ਚਾਹੁੰਦੇ ਹਾਂ ਕਿ ਇਹਨਾਂ ਗਲੀਆਂ ਨਾਲੀਆਂ 'ਚੋਂ ਨਿਕਲ ਕੇ ਕੋਈ ਹੋਰ ਵੀ ਕੰਮ ਕਰੀਏ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਸਟੇਡੀਅਮ ਹੋਣਾ ਚਾਹੀਦਾ ਪਿੰਡ ਦੇ ਵਿੱਚ, ਤਾਂ ਕਿ ਜੋ ਅੱਜ ਕੱਲ੍ਹ ਨਸ਼ਾ ਕਰ ਰਹੇ ਨੌਜਵਾਨ, ਉਹਨਾਂ ਦਾ ਥੋੜ੍ਹਾ ਧਿਆਨ ਖੇਡਾਂ ਲੈ ਜਾਵੇ। ਜਿੰਮ ਹੈਗੀ? ਗਰਾਊਂਡ ਨਹੀਂ ਜੀ ਹੈਗੀ, ਅਤੇ ਗਰਾਊਂਡ ਚਲੋ ਅਸੀਂ ਆਪਣੀ ਸਰਪੰਚੀ 'ਚ ਕਰਨਾ ਚਾਹੁੰਦੇ ਹਾਂ ਕਿ ਹੋਵੇ। ਇੱਕ ਹੋਣਾ ਚਾਹੀਦਾ ਵਾ, ਲਾਇਬ੍ਰੇਰੀ ਹੋਣੀ ਚਾਹੀਦੀ ਆ, ਤਾਂ ਕਿ ਅੱਜ ਦੀ ਪੀੜ੍ਹੀ ਨੂੰ ਆਪਣੇ ਕਲਚਰ ਬਾਰੇ ਪਤਾ ਹੋਵੇ। ਹਾਂਜੀ, ਉਸ ਤੋਂ ਇਲਾਵਾ ਹੋਣਾ ਚਾਹੀਦਾ ਸਿਲਾਈ ਸੈਂਟਰ ਹੋਣਾ ਚਾਹੀਦਾ, ਤਾਂ ਕਿ ਜੋ ਅੱਜ ਕੱਲ੍ਹ ਦੇ ਬੱਚੀਆਂ ਬਾਹਰ ਪੜ੍ਹਨ ਸਿਖਲਾਈ ਲੈਂਦੀਆਂ, ਉਹ ਪਿੰਡ 'ਚ ਆਣ ਕੇ ਇੱਥੇ ਹੀ ਸਾਡੇ ਲੈ ਸਕਣ। ਉਸ ਤੋਂ ਕਾਫੀ ਹੋਰ ਚੀਜ਼ਾਂ ਨੇ, ਲਾਇਬ੍ਰੇਰੀ ਇਹ ਹੋ ਗਈ, ਉਸ ਤੋਂ ਬਾਅਦ ਹੋਸਪਿਟਲ ਹੋਣਾ ਚਾਹੀਦਾ, ਪਿੰਡ ਦਾ ਵਿਕਾਸ ਹੋਣਾ ਚਾਹੀਦਾ ਇੱਕ ਹੋਰ ਤਰੀਕੇ ਨਾਲ, ਅਲੱਗ ਗਲੀਆਂ ਨਾਲੀਆਂ 'ਚੋਂ ਨਿਕਲ ਕੇ ਕੋਈ ਹੋਰ ਚੀਜ਼ ਵੀ ਹੋਣੀ ਚਾਹੀਦੀ ਆ। ਜੇ ਨਸ਼ੇ ਦੇ ਮੁੱਦੇ 'ਤੇ ਪਿੰਡ ਦੀ ਗੱਲ ਕਰੀਏ, ਆਪ ਜੀ ਨੇ ਇੱਕ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ, ਅੱਜ ਕੱਲ੍ਹ ਨਸ਼ੇ ਦੀ ਲਪੇਟ ਵਿੱਚ ਆ ਕੇ ਬਹੁਤ ਮਾਵਾਂ ਦੇ ਪੁੱਤ ਮਾਰੇ, ਨਸ਼ੇ ਦੇ ਮੁੱਦੇ 'ਤੇ ਪਿੰਡ ਦੀ? ਸਾਡਾ ਪਿੰਡ ਕਾਫੀ ਹੱਦ ਤੱਕ ਬਚਾ ਹੈ, ਨਸ਼ੇ ਬਾਰੇ ਕੋਈ ਇਹੋ ਜਿਹਾ ਕਾਫੀ ਕੰਟਰੋਲ ਆ ਕਾਫੀ ਹੱਦ ਤੱਕ, ਫਿਰ ਨਹੀਂ, ਬਿਲਕੁਲ ਨਹੀਂ ਜੀ। ਫਿਰ ਵੀ ਅਸੀਂ ਚਾਹੁੰਦੇ ਹਾਂ ਕਿ
ਆਪਣੀ ਪੰਚਾਇਤ ਦੇ ਦੌਰਾਨ ਚਾਹੁੰਦੇ ਹਾਂ ਕਿ ਜੇ ਥੋੜ੍ਹਾ ਬਹੁਤ ਨਸ਼ਾ ਉਹ ਵੀ ਅੱਗੇ ਤੋਂ ਸੁਧਾਰ ਹੋ ਜੇ। ਹਾਂਜੀ, ਇਹੀ ਸਾਡੀ ਕੋਸ਼ਿਸ਼ ਆ। ਇੱਕ ਸਰਕਾਰ ਵੱਲੋਂ ਆਟਾ ਦਾਲ ਸਕੀਮ ਚਲਾਈ ਗਈ ਸੀ, ਤੁਹਾਡੇ ਨੋਟਿਸ ਦੇ ਅਨੁਸਾਰ ਪਹਿਲਾਂ ਉਹ ਸਹੀ ਘਰਾਂ 'ਚ ਪਹੁੰਚ ਰਹੀ ਕਿ ਉਸ ਦੀ ਵੀ ਦੁਰਵਰਤੋਂ ਦੀ? ਨਹੀਂ, ਵੇਖੋ ਜੀ, ਪਹਿਲਾਂ ਤਾਂ ਦੁਰਵਰਤੋਂ ਹੀ ਹੋ ਰਹੀ ਸੀ। ਉਹਦੇ ਵਿੱਚ ਕੁਛ ਯੋਗ ਹੀ ਕੁਛ ਅਯੋਗ ਪਾਏ ਗਏ, ਤਾਂ ਜੋ ਤਾਂ ਯੋਗ ਹੀ ਉਹਨਾਂ ਨੂੰ ਮਿਲਦੀ ਨਹੀਂ, ਅਯੋਗ ਲਈ ਜਾਂਦੇ ਸੀ। ਅਤੇ ਇਹਦੀ ਕਾਫੀ ਹੁਣ ਹੋਈ ਆ, ਕਾਫੀ ਸਮੇਂ ਤੋਂ ਬਾਅਦ ਕਾਫੀ ਸੁਧਾਰ ਹੋ ਗਿਆ ਇਹਦਾ। ਹਾਂਜੀ, ਇਹ ਜੋ ਕੈਪਟਨ ਸਰਕਾਰ ਦੁਆਰਾ ਚਲਾਈ ਗਈ ਜੀ ਓ ਜੀ, ਉਹਦੇ ਮੁਤਾਬਕ ਪਿੰਡਾਂ ਦੇ ਵਿੱਚ ਡਿਟੇਲ ਕੀਤੇ ਗਏ ਜੀ ਓ ਜੀ, ਉਹਦੇ ਮੁਤਾਬਕ ਇਹਦਾ ਕਾਫੀ ਸੁਧਾਰ ਹੋ ਗਿਆ। ਹੁਣ ਜਾ ਕੇ ਲੋਕਾਂ ਨੂੰ ਆਟਾ ਦਾਲ ਸਕੀਮ ਜੋ ਸਹੀ ਤਰੀਕੇ ਨਾਲ ਮਿਲ ਰਹੀ ਹੈ। ਜਿਹੜੀ ਥੋੜ੍ਹੀ ਬਹੁਤੀ ਰਹਿ ਗਈ ਫਿਰ ਇਸ ਵਾਰੀ ਹੋਊ ਠੀਕ? ਹਾਂਜੀ ਬਿਲਕੁਲ ਜੀ, ਉਹਨਾਂ ਨੇ ਬਾਇਓਟੈਕ ਮਸ਼ੀਨ ਕੱਢੀ ਸੀ ਸਰਕਾਰ ਨੇ, ਉਹਦੇ ਮੁਤਾਬਕ ਵੀ ਕਈਆਂ ਦੇ ਫਿੰਗਰ ਪ੍ਰਿੰਟ ਨਹੀਂ ਆ ਰਹੇ। ਇਸ ਵਾਰ ਸਰਕਾਰ ਕਹਿ ਰਹੀ ਹੈ ਕਿ ਇਹਨੂੰ ਬਦਲ ਕੇ ਅੱਖਾਂ ਵਾਲੀ ਜੋ ਮਸ਼ੀਨ ਆ ਫਿੰਗਰ ਪ੍ਰਿੰਟ ਮਿਲਦੇ ਉਹਦਾ ਲੈ ਕੇ ਆ ਰਹੇ ਨੇ, ਵੇਖੋ ਹੁਣ ਕੀ ਹੁੰਦਾ। ਲਾਸਟ ਕੁਐਸਚਨ ਮੇਰਾ ਸਰਦਾਰ ਜੀ, ਆਪ ਜੀ ਆਪਦੇ ਪਿੰਡ ਦੇ ਫਿਰ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇੰਨਾ ਮਾਣ ਬਖਸ਼ਿਆ ਦਾ? ਮੈਂ ਤਾਂ ਸਭ ਤੋਂ ਪਹਿਲਾਂ ਆਪਣੇ ਪਿੰਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿੰਨਾ ਮੈਨੂੰ ਇਸ ਲਾਇਕ ਸਮਝਿਆ। ਬਾਕੀ ਜਿੰਨਾ ਸਾਡੇ ਪਿੰਡ ਨੇ ਮਾਣਤਾ ਨਾਲ ਇਹ ਜਗ੍ਹਾ 'ਤੇ ਪਹੁੰਚਾਇਆ, ਇਹੀ ਚਾਹੁੰਦਾ ਕਿ ਆਪਣੇ ਪਿੰਡ ਨੂੰ ਇੱਕ ਸਹੀ ਤਰੀਕੇ ਨਾਲ ਸਰਪੰਚੀ ਕਰਕੇ ਦਿਖਾਵਾਂਗੇ ਕਿ ਸਰਪੰਚੀ ਕੀ ਆ। ਸਿਰਫ ਪੈਸਾ ਖਾਣ ਵਾਸਤੇ ਨਹੀਂ ਹੁੰਦੀ, ਕੁਝ ਪਿੰਡ ਦੇ ਵਿਕਾਸ ਵਾਸਤੇ ਵੀ ਹੁੰਦੀ ਹੈ। ਆਮ ਜਨਤਾ ਇਹੀ ਸੋਚਦੀ ਸਰਪੰਚੀ ਵੀ ਚਲੋ ਬਣਾਂਗੇ ਕੁਛ ਖਾਵਾਂਗੇ, ਪਰ ਸਾਡਾ ਮੁੱਦਾ ਨਹੀਂ ਇੱਦਾਂ ਦਾ ਜੀ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਹੈਲੋ ਜੀ ਦਰਸ਼ਕ ਵੀਰੋ, ਹੁਣ ਪਿੰਡ ਮਾਲੋਵਾਲ ਤੋਂ ਸਾਡੇ ਨਾਲ ਡਿਪਟੀ ਚੇਅਰਮੈਨ ਬਿਲਕੁਲ ਮੌਜੂਦ ਆ ਜੀ, ਕਰਦੇ ਹਾਂ ਗੱਲਬਾਤ। ਵਰਿੰਦਰਜੀਤ ਸਿੰਘ ਢੋਰ। ਚੇਅਰਮੈਨ ਸਾਹਿਬ, ਪਿੰਡ ਦੇ ਬਹੁਤ ਸਾਰੇ ਮਸਲੇ ਆ, ਫਿਰ ਇਸ ਵਾਰ ਕਿਹੜੀਆਂ ਉਮੀਦਾਂ ਨਾਲ ਤੁਸੀਂ? ਅਸੀਂ ਜੀ ਤਨੋਂ ਮਨੋਂ ਦਿਲੋਂ ਲਾ ਗਏ ਬਹੁਤ ਹੀ ਉਮੀਦਾਂ ਰੱਖੀਆਂ ਸਰਪੰਚ ਸਾਹਿਬ 'ਤੇ। ਸਰਪੰਚ ਸਾਹਿਬ ਸਾਡਾ ਮਾਣ ਵੀ ਕਰਦੇ ਆ, ਅਸੀਂ ਵੀ ਉਹਨਾਂ ਦਾ ਕਰਦੇ ਹਾਂ। ਉਹ ਸਰਪੰਚ ਸਾਹਿਬ ਨੂੰ ਕਿਹਾ ਵੀ ਤੁਸੀਂ ਜੋ ਵੀ ਗਰਾਊਂਡ ਜੋ ਵੀ ਪੈਸਾ ਪਿੰਡ ਦੇ ਵਿੱਚ ਵਿਕਾਸ ਨੂੰ ਆਪਾਂ ਲਾਉਣਾ ਵਾ, ਗਲਤ ਕੰਮ 'ਤੇ ਨਹੀਂ ਲੱਗਣਾ, ਇਹਦਾ ਸਹੀ ਕੰਮ 'ਤੇ ਲਾਉਣਾ, ਅਤੇ ਇਹ ਸਹੀ ਕੰਮ 'ਤੇ ਲਾਉਣਗੇ। ਇਹ ਸਾਨੂੰ ਤਨੋਂ ਮਨੋਂ ਉਮੀਦ ਆ ਵੀ ਸਾਰਾ ਕੁਝ, ਉਮੀਦ ਨਹੀਂ ਜਾਣ ਕੇ ਅਸੀਂ ਬਣਾਇਆ ਵਾ, ਸਾਰੇ ਨਗਰ ਨੇ ਸੋਚ ਸਮਝ ਕੇ ਬਣਾਇਆ ਵਾ, ਬਹੁਤ ਵਧੀਆ ਸਰਪੰਚ ਚੁਣਿਆ ਵਾ, ਕੋਈ ਇਹੋ ਜਿਹੀ ਉਹ ਗੱਲ ਨਹੀਂ ਹੈਗੀ। ਸਾਲ ਹੋ ਗਏ ਪਹਿਲਾਂ ਮਨਰੇਗਾ ਦਾ ਕੰਮ ਚੱਲਣ ਡਿਆ ਸਾਡੇ ਪਿੰਡ ਦੇ ਵਿੱਚ, ਬਹੁਤ ਵਧੀਆ। ਸਾਡੇ ਏ ਡੀ ਸਾਹਿਬ ਨੇ ਸਾਨੂੰ ਬੜਾ ਸਹਿਯੋਗ ਦੇਣ ਡਿਆ ਮਾਲੋਵਾਲ ਨੂੰ। ਹਾਂਜੀ ਡੀ ਸੀ ਸਾਹਿਬ ਵੀ ਸਹਿਯੋਗ ਦੇਣ ਡਿਆ ਪੂਰਾ, ਡੈਨੀ ਬਡਾਲਾ ਜੀ ਪੂਰਾ ਸਹਿਯੋਗ ਦੇਣ ਡਿਆ ਕਿ ਤੁਸੀਂ ਜੋ ਵੀ ਮਾਲੋਵਾਲ ਨੂੰ ਸੁਧਾਰੋ, ਪਿਛੜਿਆ ਪਿੰਡ ਆ ਤੈਨੂੰ ਪਿਛੜੇ ਨੂੰ ਆਪਾਂ ਪਹਿਲੋਂ ਸੁਧਾਰਨਾ ਵਾ। ਸਾਡੇ ਪਿੰਡ ਦੇ ਵਿੱਚ ਸੜਕਾਂ ਦਾ ਬਹੁਤ ਮੰਦਾ ਹਾਲ ਆ ਸਾਡੇ ਏਰੀਏ ਦਾ, ਕਿਉਂਕਿ ਸਾਨੂੰ ਕਿਤੇ ਵੀ ਜਦੋਂ ਸਾਨੂੰ ਮੰਡੀ ਕਾ ਨੂੰ ਕੰਪੋਰਟ ਕਰਨਾ ਪੈਂਦਾ ਝੋਨਾ ਕਣਕ, ਸਾਨੂੰ 10 ਕਿਲੋਮੀਟਰ ਟਾਂਗਰਾ ਜਾਂ ਹੋਰ ਥਾਣੀ ਰਸਤੇ ਥਾਣੀ ਜਾ ਕੇ ਅਤੇ ਸਾਨੂੰ ਮੰਡੀ ਜੰਡਿਆਲਾ ਗੁਰੂ ਲੱਗਦੀ, ਉੱਥੇ ਜਾਣਾ ਪੈਂਦਾ। ਸਾਡੇ ਕੋਲ ਗਦਲੀ ਤੋਂ ਮਾਲੋਵਾਲ ਨੂੰ ਇੱਕ ਕੱਚੀ ਸੜਕ ਬਣ ਸਕਦੀ ਹੈ ਲਾਗੋਂ ਜੀ, ਅਸੀਂ ਉਹ ਸਾਡਾ 5 ਮਿੰਟ 'ਚ 7 ਮਿੰਟ 'ਚ ਸਾਡੀ ਟਰਾਲੀ ਟਰੈਕਟਰ, ਯਾਨੀ ਕਿ ਜੇ ਫਾਟਕ ਨਾ ਬੰਦ ਹੋਵੇ ਅਤੇ ਉਹ ਸਾਡੀ ਸਮੱਸਿਆ ਹੱਲ ਹੋ ਸਕਦੀ ਆ। ਇੱਕ ਸਾਡਾ ਹੈਗਾ ਜੀ ਫਲਾਈਓਵਰ, ਮਤਲਬ ਗਹਿਰੀ ਮੰਡੀ ਤੋਂ ਜਿਹੜਾ ਫਲਾਈਓਵਰ ਆ ਉਹ ਬਣਨਾ ਚਾਹੀਦਾ ਜ਼ਰੂਰੀ। ਹਾਂਜੀ ਉੱਥੇ ਸਾਨੂੰ ਘੰਟਾ ਘੰਟਾ ਕਿਸੇ ਵੇਲੇ ਟ੍ਰੇਨਾਂ ਆਉਂਦੀਆਂ ਜਾਂਦੀਆਂ, ਨਹੀਂ ਤਾਂ ਘੰਟਾ ਘੰਟਾ ਲੱਗ ਜਾਂਦਾ। ਹਾਂਜੀ ਅਤੇ ਇੱਕ ਕੋਟਖਹਿਰੇ ਤੋਂ ਮਾਲੋਵਾਲ ਨੂੰ ਜਿਹੜੀ ਸੜਕ ਆ ਉਹ ਸਾਡੀ ਹਰ ਹਾਲਤ 'ਚ ਪੱਕੀ ਹੋਣੀ ਚਾਹੀਦੀ ਆ। ਮੰਡੀਗੜ੍ਹ ਬੋਰਡ ਨੂੰ, ਅਸੀਂ CMO ਸਾਹਿਬ ਨੂੰ ਵੀ, ਡਿਪਟੀ CMO ਸਾਹਿਬ ਨੂੰ, ਆਪਣਾ ਡੈਨੀ ਬਡਾਲਾ ਜੀ ਨੂੰ, DC ਸਾਹਿਬ ਨੂੰ, AD ਸਾਹਿਬ ਨੂੰ, ਜਿੰਨੇ ਵੀ ਸਾਡੀ ਪੰਜਾਬ ਸਰਕਾਰ ਦੇ ਹੈਗੇ ਆ ਰਾਹੁਲ ਜੀ ਨੂੰ, ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਡੀ ਇਹ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਕੀਤੀ ਜਾਏ, ਕਿਉਂਕਿ ਸਾਡਾ ਥਾਣਾ ਜਿਹੜਾ ਉਹ ਵੀ ਤਰਸਿੱਕਾ ਵਾ, ਸਾਡੀ CDPO ਦਫ਼ਤਰ ਵੀ ਤਰਸਿੱਕਾ ਵਾ, ਸਾਡੇ ਡਿਸਪੈਂਸਰੀ ਵੀ ਹੋਸਪਿਟਲ
BDPO ਦਫ਼ਤਰ, BDO ਤਹਿਸੀਲ, ਸਾਰਾ ਕੁਝ ਤਰਸਿੱਕਾ ਹੀ ਆ। ਹਾਂਜੀ, ਸਾਨੂੰ ਬਹੁਤ ਮੁਸ਼ਕਲ ਆਉਂਦੀ ਆ, ਜਦੋਂ ਮੀਂਹ ਹੁੰਦਾ ਤਾਂ ਉਦੋਂ ਗੋਟੇ ਗੋਟੇ ਪਾਣੀ ਦਾ, ਜਿਹਦੇ ਵਿੱਚੋਂ ਅਸੀਂ ਲੰਘ ਕੇ ਜਾਂਦੇ ਤਰਸਿੱਕੇ ਨੂੰ। ਹਾਂਜੀ, ਫਿਰ ਤੁਹਾਡੇ ਪਿੰਡ ਨੂੰ ਲਾਇਬ੍ਰੇਰੀ, ਡਿਸਪੈਂਸਰੀ ਜਿਵੇਂ ਪਸ਼ੂਆਂ ਦਾ ਹਸਪਤਾਲ, ਫਿਰ ਇਹ ਵੀ ਕੋਈ ਪਹਿਲ ਦੇ ਆਧਾਰ 'ਤੇ? ਸਾਡੇ ਕੋਈ ਨਹੀਂ ਹੈਗਾ ਜੀ, ਸਾਡੇ ਕੋਈ ਨਹੀਂ ਹੈਗਾ। ਪਹਿਲ ਦੇ ਆਧਾਰ 'ਤੇ ਸਾਨੂੰ ਇਹ ਚਾਹੀਦਾ, ਲਾਇਬ੍ਰੇਰੀ ਵੀ ਚਾਹੀਦੀ ਹੈ, ਪਸ਼ੂਆਂ ਦਾ ਹੋਸਪਿਟਲ ਵੀ ਚਾਹੀਦਾ। ਹਾਂਜੀ, ਸਕੂਲ ਸਾਡਾ ਲੜਕੀਆਂ ਵਾਸਤੇ, ਸਾਡੀਆਂ ਲੜਕੀਆਂ ਬਾਹਰ ਜਾਂਦੀਆਂ ਪੜ੍ਹਨ ਵਾਸਤੇ, ਉਹਨਾਂ ਦੇ ਵਾਸਤੇ ਸਾਨੂੰ ਕਾਲਜ ਵੱਡਾ ਚਾਹੀਦਾ।